ਇਹ ਸ਼ੌਰ ਮੈਂ ਸਮੇਤ ਕੋਈ ਜਿਹੜਾ ਸ਼ੌਰ ਹੈ ਨਾ ਉਹ ਨਹੀਂ ਮੰਨਦਾ ਪਿਆ ਬਈ ਮੈਂ ਘਰ ਵਾਲੀ ਤੋਂ ਤੰਗ ਆ ਉੱਤੂ ਤੂੰ ਨੇ ਨਾ ਦੇ ਲੇਕਿਨ ਵਿੱਚ ਉਡਰਦੇ ਨੇ ਸਾਰੇ ਹੋਏ ਕਿ ਯਾਰ ਬੇਚਾਰੇ ਸ਼ੌਰ ਦੀ ਕਹਾਣੀ ਹੈ ਬਈ ਇਹ ਕਿਸੇ ਇੱਕ ਬੇਚਾਰੇ ਦਾ ਇੱਕ ਸ਼ੌਹਰ ਕਰਮਾ ਮਾਰੇ ਦਾ ਉਹਦੀ ਘਰ ਵਾਲੀ ਕਬੜੀਲੀ ਹੈ ਬਹੁ ਡਾਢੀ ਤੇ ਨਖਰੀਲੀ ਹੈ ਜਿਬ ਡਾਤਰੀ ਯਾਰ ਚਲੇਂਦੀ ਹੈ ਹਾਂ ਲਸ ਤੇ ਵਾਂਗ ਕਪੇਂਦੀ ਹੈ ਕਾਂ ਖੰਭ ਦਾ ਆਪ ਬਣੇਂਦੀ ਆਈ ਸਾਰਾ ਦੋਸ਼ ਗਰੀਬ ਤੇ ਦੇਂਦੀ ਹੈ ਜਿਬ ਜਿਵੇਂ ਲੱਗੀ ਹੋਈ ਕੈਂਚੀ ਆਸ ਲੰਬੀ ਇੱਕ ਗਜ਼ ਤੇ ਦੂ ਐਂਚੀ ਆਸ ਦਾਨਾਂ ਦੇ ਤੀਰ ਚਲੇਂਦੀ ਆਈ ਮਰਜ਼ੀ ਨਾਲ ਲਿਫਟ ਕਰੇਂਦੀ ਆਈ ਬੰਦਾ ਮੈਂ ਵਾਂਗੂ ਬਹੁ ਸਾਦਾ ਹਾਈ ਉਹਨੂੰ ਅਲਫੂ ਬੇ ਨਾ ਆਦਾ ਹਾਈ ਘਰ ਟੁਕੁਰ ਦੇ ਵੇਲੇ ਵੜਦਾ ਹਾਈ ਖਾ ਟੁਕੁਰ ਤੇ ਨਸੁਣ ਦੀ ਕਰਦਾ ਹਾਈ ਸੜਕਾਂ ਤੇ ਵਕਤ ਟਪੇਂਦਾ ਹਾਈ ਕਹਿਨੂੰ ਦਿਲ ਦਾ ਹਾਲ ਨਾ ਦੇਂਦਾ ਹਾਈ ਗੁੱਟ ਸਬਰ ਦੇ ਰਜ ਰਜ ਪੀਂਦਾ ਹਾਈ ਰੰਨੂ ਸ਼ਾਰ ਦੇ ਵਿੱਚ ਬੁਕਰੀਂਦਾ ਹਾਈ ਬੁੰਗਦੇ ਬੰਗਦੇ ਰਾਹ ਖਾੜੇ ਤੇ ਇੱਕ ਦੀ ਇੱਕ ਸੜਕ ਕਿਨਾਰੇ ਤੇ ਚੇਲਾਂ ਦੇ ਰਸ਼ ਤੂੰ ਤੰਗ ਬਾਬਾ ਬੈਠਾ ਆਈ ਮਸ ਮਲੰਗ ਬਾਬਾ ਉਹ ਸੋਚਾ ਕੰਮ ਦੀ ਗੱਲ ਪੁੱਛਦਾ ਪਹੁੰਚਾ ਹੋਇਆ ਬਾਬਾ ਹਲ ਪੁੱਛਦਾ ਮੂੰਹ ਦੇਖ ਕੇ ਪਰੂ ਸਿਆਣ ਗਿਆ ਬਾਬਾ ਗੱਭਰੂ ਨੂੰ ਪਹਿਚਾਣ ਗਿਆ ਆਖਾ ਬਾਬੇ ਦੁਨੀਏ ਗੋਲ ਬੱਚਾ ਦੇਂਦੀ ਮਜ਼ਲੂਮਾਂ ਨੂੰ ਰੋਲ ਬੱਚਾ ਤੈਂ ਸੁਣੇ ਈਸਬ ਗੋਲ ਬੱਚਾ ਦੜ ਵਟ ਵੰਜ ਕੁਝ ਨਾ ਫੋਲ ਬੱਚਾ ਔਰ ਦੜ ਵਟ ਵੰਜ ਕੁਝ ਨਾ ਫੋਲ ਬੱਚਾ ਤੇ ਇੰਜ ਲੱਗਦਾ ਤੇਰਾ ਤੋਲ ਬੱਚਾ ਤੂੰ ਚੱਖੀ ਵਧਾ ਹੈ ਚੌਲ ਬੱਚਾ ਇੰਜ ਲੱਗਦਾ ਤੇਰਾ ਤੋਲ ਬੱਚਾ ਤੂੰ ਚੱਖੀ ਵਧਾ ਹੈ ਚੌਲ ਬੱਚਾ ਦਸ ਮੁਸ਼ਕਿਲ ਡਰ ਨਹੀਂ ਬੋਲ ਬੱਚਾ ਹਲ ਹਿਕ ਸੋ ਹਿਕ ਮੇਰੇ ਕੋਲ ਬੱਚਾ ਉਸ ਕੀਤੀ ਅਰਜ ਮਲੰਗ ਬਾਬਾ ਹਾਂ ਆਪਣੀ ਰੰਨ ਤੂੰ ਤੰਗ ਬਾਬਾ ਹੈ ਕੋਈ ਗੁਰ ਦੱਸੋਆ ਕੋਈ ਵੱਲ ਦੱਸੋਆ ਮੈਨੂੰ ਇਸ ਮਸਲੇ ਦਾ ਹੱਲ ਦੱਸੋਆ ਸੁਣੀ ਬਾਬੇ ਜਾਂ ਫਰਿਆਦ ਉਸਦੀ ਕੋਈ ਆਪਣੀ ਰਹੀ ਨਾ ਯਾਦ ਉਸਦੀ ਆਖਾ ਬਾਬੇ ਨੇੜੇ ਹੋ ਮੇਰੇ ਆ ਗਾਟੇ ਲੱਗ ਕੇ ਰੋ ਮੇਰੇ ਉਹ ਕਿਹੜਾ ਗੁਰ ਸੋਚਾਂ ਕਿਹੜਾ ਵੱਲ ਦੱਸਾਂ ਕਿਹੜਾ ਇਸ ਮਸਲੇ ਦਾ ਹੱਲ ਦੱਸਾਂ ਮੈਂ ਵੀ ਤੈਰਿਤ ਜਾਨ ਤੂੰ ਤੰਗ ਬੈਠਾਂ ਬਣ ਰੰਨ ਦੇ ਸੜਾ ਮਲੰਗ ਬੈਠਾ ਇਹ ਹੈ ਜੀ ਬੇਚਾਰਾ ਸ਼ੌਹਰ